ਕਪੂਰਥਲਾ ਦੇ ਸਰਕਾਰੀ ਮੰਦਬੁੱਧੀ ਕੇਂਦਰ ਸੁਖਜੀਤ ਆਸ਼ਰਮ ਵਿੱਚ ਰਹੱਸਮਈ ਹਾਲਾਤ ਦੇ ਚੱਲਦਿਆਂ ਕੇਂਦਰ ਵਿੱਚ ਰਹਿੰਦੇ 35 ਬੱਚਿਆਂ ਵਿੱਚੋਂ 30 ਬੱਚਿਆਂ ਦੀ ਸਿਹਤ ਦੀ ਖਰਾਬੀ ਦੇ ਚੱਲਦਿਆਂ ਉਹਨਾਂ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹਨਾਂ ਵਿੱਚੋਂ 2 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤੇ 1 ਬੱਚਾ ਕੇਂਦਰ ਵਿੱਚੋਂ ਲਾਪਤਾ ਹੋਣ ਕਰਕੇ ਪ੍ਰਸ਼ਾਸਨ ਵਿੱਚ ਭਗਦੜ ਮਚ ਗਈ ਹੈ। ਇਸ ਮਾਮਲੇ ਦੇ ਉੱਤੇ ਹੁਣ ਇੱਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਦੂਜੇ ਪਾਸੇ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਮਾਮਲੇ ਉੱਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦਾ ਨਰਮਾ ਸਿਹਤਮੰਦ ਹੈ ਤੇ ਚਿੱਟੀ ਮੱਖੀ ਨਾਲ ਨਰਮੇ ਨੂੰ ਨਾਮਾਤਰ ਨੁਕਸਾਨ ਹੋਇਆ ਹੈ। ਇਹ ਕਹਿਣਾ ਹੈ ਪੰਜਾਬ ਵਿੱਚ ਚਿੱਟੀ ਮੱਖੀ ਨਾਲ ਨਰਮੇ ਨੂੰ ਹੋਏ ਨੁਕਸਾਨ ਬਾਰੇ ਜਾਂਚ ਲਈ ਆਈ ਕੇਂਦਰ ਦੀ ਟੀਮ ਦਾ। ਟੀਮ ਦਾ ਕਹਿਣਾ ਹੈ ਕਿ ਨਰਮੇ ਦੀ ਫਸਲ ਇਸ ਵੇਲੇ ਫਲ ਤੇ ਫੁੱਲ ਵਾਲੀ ਸਟੇਜ ਉੱਤੇ ਹੈ, ਪਰ ਕਿਤੇ-ਕਿਤੇ ਨਰਮੇ ਦੇ ਖੇਤਾਂ ਵਿੱਚ ਹਰੇ ਤੇਲੇ ਦਾ ਹਮਲਾ ਦੇਖਣ ਨੂੰ ਮਿਲਦਾ ਹੈ। ਹਰੇ ਤੇਲੇ ਦੀ ਰੋਕਥਾਮ ਲਈ ਕਿਸਾਨਾਂ ਨੂੰ PAU ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਹੋਈਆਂ ਜ਼ਹਿਰਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਵਿਭਾਗ ਦੇ ਵੱਲੋਂ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦਘਾਟਨ ਭਾਖੜਾ ਬੰਨ ਦੇ ਇੰਚਾਰਜ ਕਮਿਸ਼ਨਰ ਇੰਜੀਨੀਅਰ ਤਰਲੋਚਨ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਕੈਂਪ ਦੇ ਮਾਧਿਅਮ ਨਾਲ ਅਸੀਂ ਹੰਗਾਮੀ ਹਾਲਤਾਂ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕ ਕੇ ਤੁਰੰਤ ਰਾਹਤ ਕੰਮਾਂ ਦੇ ਵਿੱਚ ਜੁਟ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮਹਾਰਾਸ਼ਟਰ ਦੇ ਮਹਾੜ ਖੇਤਰ ਵਿੱਚ ਮੁੰਬਈ ਗੋਆ ਹਾਈਵੇ ਉੱਤੇ ਬਣਿਆ ਭਾਰੀ ਪੁਲ ਮੀਂਹ ਦੇ ਕਾਰਨ 80% ਤੱਕ ਟੁੱਟ ਕੇ ਡਿੱਗ ਪਿਆ। ਮੁੰਬਈ ਤੋਂ ਤਕਰੀਬਨ 175 ਕਿਲੋਮੀਟਰ ਦੂਰ ਹੋਏ ਇਸ ਹਾਦਸੇ ਤੋਂ ਬਾਅਦ ਮੁੰਬਈ ਗੋਆ ਹਾਈਵੇ ਦੇ ਦੋਨੋਂ ਪਾਸੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਮੰਨਿਆ ਜਾ ਰਿਹਾ ਕਿ ਸਾਬਰਮਤੀ ਨਦੀ ਵਿੱਚ ਹੜ੍ਹ ਆਉਣ ਕਰਕੇ ਪੁਲ ਪਾਣੀ ਵਿੱਚ ਰੁੜ ਗਿਆ, ਜਿਸ ਕਾਰਨ ਹਾਦਸੇ ਵਿੱਚ ਮੁਸਾਫਰਾਂ ਨਾਲ ਭਰੀਆਂ ਹੋਈਆਂ 2 ਬੱਸਾਂ ਤੇ 2 ਕਾਰਾਂ ਰੁੜ ਗਈਆਂ। ਦੋਵਾਂ ਬੱਸਾਂ ਵਿੱਚ ਤਕਰੀਬਨ 22 ਮੁਸਾਫਰ ਮੌਜੂਦ ਸਨ। NDRF ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ। ਇਹ ਹਾਦਸਾ ਬੀਤੀ ਰਾਤ ਤਕਰੀਬਨ 11:15 ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਕਸ਼ਮੀਰ ਵਿੱਚ ਹੋਈ ਪੁਲਿਸ ਗੋਲਾਬਾਰੀ ਵਿੱਚ 2 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਬੀਤੇ ਮਹੀਨੇ ਸੁਰੱਖਿਆ ਬਲਾਂ ਹੱਥੋਂ ਮਾਰੇ ਜਾਣ ਤੋਂ ਬਾਅਦ ਅਜੇ ਵੀ ਕਸ਼ਮੀਰ ਘਾਟੀ ਦੇ ਕੁਝ ਇਲਾਕਿਆਂ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਗੁਜਰਾਤ ਦੇ ਉਨਾ ਖੇਤਰ ਵਿੱਚ ਦਲਿਤਾਂ ਨਾਲ ਹੋਈ ਬਦਸਲੂਕੀ ਤੋਂ ਬਾਅਦ ਗੁਜਰਾਤ ਵਿੱਚ ਢਿੱਲੀ ਪਈ ਸਿਆਸੀ ਪਕੜ ਨੂੰ ਮਜ਼ਬੂਤ ਕਰਨ ਦੇ ਲਈ RSS ਹਰ ਸੰਭਵ ਯਤਨ ਕਰ ਰਹੀ ਹੈ। ਸੂਬੇ ਅੰਦਰ ਭਾਜਪਾ ਸਰਕਾਰ ਦੀਆਂ ਨਾਕਾਫੀ ਕੋਸ਼ਿਸ਼ਾਂ ਤੋਂ ਬਾਅਦ RSS ਖੁਦ ਮੈਦਾਨ ਵਿੱਚ ਆ ਰਹੀ ਹੈ। ਇਸ ਲਈ RSS ਉਨਾ ਵਿੱਚ ਦਲਿਤਾਂ ਨਾਲ ਸਦਭਾਵਨਾ ਸੰਮੇਲਨ ਕਰਨ ਜਾ ਰਹੀ ਹੈ। ਸਾਊਦੀ ਅਰਬ ਵਿੱਚ ਫਸੇ ਹੋਏ ਬੇਰੁਜ਼ਗਾਰ ਭਾਰਤੀਆਂ ਨੂੰ ਮਦਦ ਪਹੁੰਚਾਉਣ ਦੇ ਲਈ ਕੇਂਦਰੀ ਮੰਤਰੀ VK ਸਿੰਘ ਜਿੱਦਾ ਪਹੁੰਚ ਗਏ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ 10,000 ਦੇ ਕਰੀਬ ਭਾਰਤੀ ਸਾਊਦੀ ਅਰਬ ਦੀਆਂ ਵੱਖ ਵੱਖ ਕੰਪਨੀਆਂ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਵਾਪਸ ਸੁਰੱਖਿਅਤ ਭਾਰਤ ਲੈ ਕੇ ਆਉਣ ਦੇ ਲਈ ਜਨਰਲ VK ਸਿੰਘ ਦੇ ਵੱਲੋਂ ਇਹ ਦੌਰਾ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਦੇ ਤਕਰੀਬਨ 1.5 ਲੱਖ ਕਿਸਾਨ 10 ਅਗਸਤ ਨੂੰ ਗੱਡੇ ਭਰ ਭਰ ਕੇ ਰਾਸ਼ਟਰਪਤੀ ਨੂੰ ਰੋਸ ਭਰਪੂਰ ਚਿੱਠੀਆਂ ਭੇਜਣਗੇ। ਇਸ ਦਾ ਐਲਾਨ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕੀਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੇ ਅਸਤੀਫੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਅਹਿਮਦਾਬਾਦ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਅੱਜ ਸਵੇਰ ਦੇ ਵਕਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਤੇ ਭਾਜਪਾ ਸੰਸਦੀ ਬੋਰਡ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਚਰਚਾ ਕੀਤੀ ਗਈ। ਕੱਲ੍ਹ ਗੁਜਰਾਤ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਣੀ ਹੈ, ਜਿਸ ਵਿੱਚ ਸੰਸਦੀ ਬੋਰਡ 2 ਅਬਜ਼ਰਵਰਾਂ ਨੂੰ ਭੇਜੇਗਾ। ਪਾਕਿਸਤਾਨ ਵਿੱਚ ਗ੍ਰਹਿ ਮੰਤਰੀਆਂ ਦੇ ਹੋ ਰਹੇ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸਲਾਮਾਬਾਦ ਲਈ ਰਵਾਨਾ ਹੋ ਗਏ ਨੇ, ਪਰ ਰਾਜਨਾਥ ਸਿੰਘ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਹੋ ਚੁੱਕੇ ਨੇ।